ਅੱਜ ਸਵੇਰੇ ਕਰੀਬ 7:30 ਵਜੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਗੜਦੀਵਾਲਾ ਨੇੜੇ ਪਿੰਡ ਫਤਿਹਪੁਰ ਵਿਖੇ ਵਿਆਹ ਵਾਲੇ ਘਰ ਵਿੱਚ ਉਸ ਵੇਲੇ ਮਾਤਮ ਛਾ ਗਿਆ ਜਿਸ ਵੇਲੇ ਗੁਰਦਾਸਪੁਰ ਨੇੜੇ ਪਿੰਡ ਬਹਿਰਾਮਪੁਰ ਤੋਂ ਡੋਲੀ ਲੈ ਕੇ ਵਾਪਸ ਪਰਤ ਰਹੀ ਬਰਾਤ ਵਿੱਚੋਂ ਇੱਕ ਵਰਨਾ ਕਾਰ ਦੀ ਰੰਧਾਵਾ ਵਿਖੇ ਟਰਾਕਲੇ ਨਾਲ ਟੱਕਰ ਹੋਣ ਕਰਕੇ ਲਾੜੇ ਦੇ ਭਰਾ ਤੇ ਜੀਜੇ ਸਮੇਤ ਦੋ ਹੋਰ ਰਿਸ਼ਤੇਦਾਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਹਾਦਸਾਗ੍ਰਸਤ ਗੱਡੀ ਵਰਨਾ ਦੇ ਪ੍ਰਖੱਚੇ ਉੱਡ ਗਈ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ ਇੱਕ ਫੌਜ ਦਾ ਜਵਾਨ ਅਤੇ ਇੱਕ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੇ ਅਹੁਦੇ ਤੇ ਤਾਇਨਾਤ ਜਵਾਨ ਸੀ। ਹਾਦਸੇ ਤੋਂ ਤੁਰੰਤ ਬਾਅਦ ਦਸੂਹਾ ਪੁਲਿਸ ਵੱਲੋਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦਸੂਹਾ ਵਿਖੇ ਜਮ੍ਹਾਂ ਕਰਵਾ ਕੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੇਰੇ ਕਿਤੇ ਸਾਲੀ ਦਾ ਬੇਟਾ ਸੀਗਾ। ਕੀ ਨਾਮ ਸੀ ਉਹਨਾਂ ਦਾ? ਉਹਨਾਂ ਬੱਬੂ ਹੈ। ਅੱਛਾ, ਕੀ ਹਾਦਸਾ ਕੀ ਹੋਇਆ? ਇਹ ਮੈਰਿਜ ਤੋਂ ਹੀ ਆਂਡੇ ਪਾਪਾ ਸੀ ਜੀ। ਕਹਿੰਦੇ ਟੋਲ ਪਲਾਜ਼ੇ 'ਤੇ ਕੋਈ ਗੱਡੀ ਦਾ ਟਾਇਰ ਫਟ ਗਿਆ, ਉਹਦੇ ਕਰਕੇ ਗੱਡੀ ਵੱਜੀ ਹੈ ਨਾ। ਜਿੱਥੋਂ ਤੱਕ ਮੈਨੂੰ ਪਰਮਿਸ਼ਨ ਮਿਲੀ। ਤਾਂ ਹੋਰ ਨਾਲ ਕਿੰਨੇ ਬੰਦੇ? ਇੱਕ ਤਾਂ ਗਵਈਆ ਸੀਗਾ, ਇੱਕ ਦੀ ਜੂਆ ਦਾ ਮੁੰਡਾ, ਇੱਕ ਜਵਾਈ ਹੈ। ਮਤਲਬ ਡੋਲੀ ਜਿੱਦਾਂ ਵਾਪਸ ਨਹੀਂ ਆਉਂਦੀ, ਬਾਮਣੀ ਪਿੰਡ ਬਹਿਰਾਮਪੁਰ ਤੋਂ ਗੁਰਦਾਸਪੁਰ ਡਿਸਟ੍ਰਿਕਟ 'ਚ ਉੱਥੋਂ ਆ ਰਹੇ ਸੀ ਅਤੇ ਬਸ ਰਾਸਤੇ 'ਚ ਟਰਾਲੇ ਨਾਲ ਵੱਜ ਕੇ ਹਾਦਸਾ। ਅਤੇ ਕਿੰਨੀਆਂ ਜਾਨਾਂ ਗਈਆਂ ਜੀ ਇਸ ਹਾਦਸੇ 'ਚ? 4 ਜਾਨਾਂ ਗਈਆਂ। ਠੀਕ ਹੈ, ਤੁਸੀਂ ਕੀ ਲੱਗਦੇ ਹੋ? ਮੈਂ ਬ੍ਰਦਰ ਲੱਗਦਾ। ਠੀਕ ਹੈ, ਤੁਹਾਡੇ ਬ੍ਰਦਰ ਦੀ ਵੀ ਡੈਥ ਹੋ ਗਈ? ਹਾਂਜੀ, ਮੇਰੇ ਬ੍ਰਦਰ ਹੀ ਆ, ਇੱਕ ਰੀਅਲ ਬ੍ਰਦਰ, ਇੱਕ ਮਾਮੇ ਦਾ ਲੜਕਾ, ਇੱਕ ਮੇਰੇ ਮਾਸੜ ਜੀ ਆ, ਇੱਕ ਜੀਜਾ ਬਟਾਣਾ। ਸਵੇਰੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਭਲਾਵਾ ਅੱਡੇ ਤੋਂ ਹੁਸ਼ਿਆਰਪੁਰ ਰੋਡ 'ਤੇ ਟੋਲ ਟੈਕਸ ਦੇ ਲਾਗੇ ਕਾਰ ਅਤੇ ਇੱਕ ਟਰੱਕ ਟਰੋਲੇ ਦਾ ਐਕਸੀਡੈਂਟ ਹੋਇਆ। ਇਹਦੇ ਵਿੱਚ ਕਿ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਹੈ, ਵਰਨਾ ਕਾਰ ਹੈਗੀ ਹੈ ਜਿਹੜੀ ਕਿ ਟਰੱਕ ਟਰੇਲਰ ਦੇ ਨੀਚੇ ਜਾ ਵੜੀ। ਇਹਦੇ ਵਿੱਚ 4 ਸਵਾਰ ਸੀਗੇ, 4 ਸਵਾਰ ਪਿੰਡ ਫਤਿਹਪੁਰ ਥਾਣਾ ਗੱਡੀਵਾਲੇ 'ਚ ਪੈਂਦਾ, ਉੱਥੇ ਮੈਰਿਜ ਸੀ। ਉੱਥੋਂ ਬਰਾਤ ਲੈ ਕੇ ਬਹਿਰਾਮਪੁਰ ਥਾਣਾ ਪੈਂਦਾ ਗੁਰਦਾਸਪੁਰ ਜ਼ਿਲ੍ਹਾ ਦੇ ਵਿੱਚ, ਮੈਰਿਜ ਅਟੈਂਡ ਕਰਨ ਤੋਂ ਬਾਅਦ ਸਵੇਰੇ ਵਾਪਸ ਫਤਿਹਪੁਰ ਨੂੰ ਜਾ ਰਹੇ ਸੀ। ਅਨਫੋਰਚੁਨੇਟ ਇੰਸੀਡੈਂਟ ਦੇ ਵਿੱਚ ਇਹਨਾਂ ਦਾ ਉੱਥੇ ਐਕਸੀਡੈਂਟ ਹੋਇਆ। ਇਹਨਾਂ ਮੌਕੇ ਇਹਨਾਂ ਐਕਸੀਡੈਂਟ ਦੇ ਵਿੱਚ ਚਾਰਾਂ ਦੀ ਮੌਕੇ 'ਤੇ ਮੌਤ ਅਤੇ ਜਿਨ੍ਹਾਂ ਨੂੰ ਇੱਥੇ ਜਿਨ੍ਹਾਂ ਦੀ ਬੋਡੀਜ਼ ਇੱਥੇ ਮੌਕੇ 'ਚ ਪਈਆਂ ਅਤੇ ਪੁਲਿਸ ਆ ਗਈ ਹੈ। ਇਹਨਾਂ ਦੇ ਬਿਆਨ ਲਿਖ ਕੇ ਜੋ ਕਾਰਵਾਈ ਹੈਗੀ ਐਕਸੀਡੈਂਟ ਦੀ ਉਹ ਕੀਤੀ ਜਾ ਰਹੀ ਹੈ। ਇਹਨਾਂ ਮਰਨ ਵਾਲਿਆਂ ਦੇ ਵਿੱਚ ਇੱਕ ਫੌਜ ਦਾ ਜਵਾਨ ਹੈ, ਇੱਕ ਸਾਡਾ ਪੁਲਿਸ ਦਾ ਅਸਿਸਟੈਂਟ ਸਬ ਇੰਸਪੈਕਟਰ ਹੈ ਜਿਹੜਾ ਕਿ ਥਾਣੇ ਬਹਿਰਾਮਪੁਰ ਗੁਰਦਾਸਪੁਰ ਵਿੱਚ ਪੋਸਟ ਸੀ, ਅਤੇ 2 ਸਿਵਲੀਅਨ ਜਿਹੜੇ ਕਿ ਮੈਰਿਜ ਕਰਨ ਵਾਲਾ ਲੜਕਾ ਆ ਉਹਦਾ ਭਰਾ ਆ ਉਹਨਾਂ ਵਿੱਚੋਂ ਇੱਕ, ਅਤੇ ਇੱਕ ਉਹਨਾਂ ਦਾ ਮਾਸੜ ਹੈ, ਇੱਕ ਜੀਜਾ ਆ, ਇੱਕ ਉਹਦਾ ਦੋਸਤ ਹੈ। ਬਹੁਤ ਮਾੜੀ ਘਟਨਾ ਹੋਈ ਹੈ। ਆਰ ਹੋਤੇ ਹੈ ਦੇਖੇ ਆਪਣੀ ਆਂਖੋਂ ਕੇ ਸਾਹਮਣੇ 3 ਘੰਟੇ ਮੇ ਹਰ ਸਮੱਸਿਆ ਕਾ ਹੱਲ ਪਾਓ। ਸਾਥ ਇਲਮੋ ਕੇ ਮਾਹਿਰ ਮੌਲਾਨਾ ਇਕਬਾਲ ਖਾਨ, ਮੇਰੇ ਕੀਏ ਕੋ ਕੋਈ ਕਾਟ ਨਹੀਂ ਸਕਤਾ, ਕਾਟਨੇ ਵਾਲੇ ਕੋ ਮੂੰਹ ਮਾਂਗਾ ਇਨਾਮ। ਪਰੇਸ਼ਾਨੀ ਜੈਸੇ ਮਨ ਚਾਹਾ ਪਿਆਰ, ਪਤੀ ਪਤਨੀ ਮੇ ਅਨਬਨ, ਕਾਲੇ ਜਾਦੂ ਸੇ ਖਾਤਮਾ, ਬਿਮਾਰੀ ਮੇ ਦਵਾ ਕਾ ਨਾ ਲਗਨਾ, ਵਸ਼ੀਕਰਨ ਕਰਵਾਓ, ਲੋਟਰੀ ਨੰਬਰ ਪਾਓ, ਧੋਖੇਬਾਜ ਪ੍ਰੇਮੀ ਪ੍ਰੇਮਿਕਾ, ਸੌਤਨ ਦੁਸ਼ਮਨ ਕੋ ਆਪਣੀ ਆਂਖੋਂ ਕੇ ਸਾਹਮਣੇ ਤਰਫਤਾ ਦੇਖੇ, ਪ੍ਰੇਮੀ ਪ੍ਰੇਮਿਕਾ ਕੋ ਮਿਲਵਾਨਾ ਹੋ, ਸੌਤਨ ਦੁਸ਼ਮਨ ਸੇ ਛੁਟਕਾਰਾ, ਵਿਦੇਸ਼ ਯਾਤਰਾ ਮੇ ਰੁਕਾਵਟ, ਮਾਤਾ ਪਿਤਾ ਕੋ ਮਨਾਨਾ ਹੋ, ਸੰਪਰਕ ਕਰੋ ਮੋਬਾਈਲ ਨੰਬਰ 8968589720734755717173।